1984 ਸੇ ਕਤਲੇਆਮ ਮਾਮਲੇ ਦੇ ਵਿੱਚ ਕਾਂਗਰਸੀ ਆਗੂ ਜਗਦੀਸ਼ ਟਾਈਟਲੇ ਦੇ ਖਿਲਾਫ ਅਹਿਮ ਗਵਾਹ ਅਭਿਸ਼ੇਕ ਵਰਮਾ ਦਾ ਅੱਜ ਪੋਲੀਗ੍ਰਾਫੀ ਟੈਸਟ ਹੋਣਾ ਸੀ ਲੇਕਿਨ ਹੋਇਆ ਨਹੀਂ ਕਿਉਂਕਿ ਬੀਪੀ ਹਾਈ ਸੀ ਉਹਨਾਂ ਦਾ ਜਿਸਦੇ ਕਰਕੇ ਪੋਲੀਗ੍ਰਾਫ ਦਾ ਟੈਸਟ ਜੋ ਹੈ ਕੱਲ ਤੱਕ ਦੇ ਲਈ ਟਾਲ ਦਿੱਤਾ ਗਿਆ। ਕੱਲ ਦੁਪਹਿਰੇ 2 ਵਜੇ ਦਾ ਵਕਤ ਦਿੱਤਾ ਗਿਆ ਜਦੋਂ ਅਭਿਸ਼ੇਕ ਵਰਮਾ ਨੇ ਦੁਬਾਰਾ ਇੱਥੇ ਵਾਪਸ ਲੈਬ ਤੱਕ ਆਉਣਾ ਹੈ ਤੇ ਅਭਿਸ਼ੇਕ ਵਰਮਾ ਨੇ ਵੀ ਦਾਅਵਾ ਕੀਤਾ ਹੈ ਕਿ ਉਹਨਾਂ ਨੂੰ ਟੈਸਟ ਨਾ ਕਰਾਉਣ ਦੇ ਲਈ ਲਗਾਤਾਰ ਫੋਨ ਕਾਲਸ ਆ ਰਹੀਆਂ ਨੇ। ਸਿਆਸੀ ਲੀਡਰਾਂ ਦੇ ਵੱਲੋਂ ਉਹਨਾਂ ਨੂੰ ਧਮਕਾਇਆ ਜਾ ਰਿਹਾ ਹੈ, ਦਬਾਅ ਪਾਇਆ ਜਾ ਰਿਹਾ ਹੈ, ਜਿਸ ਦੀ ਜਾਣਕਾਰੀ ਉਹਨਾਂ ਦੇ ਵੱਲੋਂ ਪੁਲਿਸ ਨੂੰ ਵੀ ਦੇ ਦਿੱਤੀ ਗਈ ਹੈ। ਜ਼ਿਕਰ ਖਾਸ ਹੈ ਕਿ ਦਿੱਲੀ ਦੀ ਰੋਣਿੰਗ ਲੈਬ ਦੇ ਵਿੱਚ ਅਭਿਸ਼ੇਕ ਵਰਮਾ ਦੇ ਪੋਲੀਗ੍ਰਾਫੀ ਟੈਸਟ ਦੀ ਪਹਿਲੀ ਪ੍ਰਕਿਰਿਆ ਬੀਤੇ ਦਿਨ ਮੁਕੰਮਲ ਹੋਈ ਤੇ ਅੱਜ ਜੋ ਪੋਲੀਗ੍ਰਾਫ ਟੈਸਟ ਹੋਣਾ ਸੀ ਉਹਨਾਂ ਦਾ ਬੀਪੀ ਹਾਈ ਹੋਣ ਦੇ ਕਰਕੇ ਉਹ ਟਲ ਚੁੱਕਿਆ। ਮੇਰਾ ਵਹਾਂ ਪਰ ਬੀਪੀ ਜਬ ਟੈਸਟ ਕੀਆ ਗਿਆ ਕਾਰਡੀਓਲੋਜਿਸਟ ਸੇ ਤੋ ਉਹ 154 ਬਾਈ 110 ਨਿਕਲਾ। ਤਿੰਨ ਚਾਰ ਵਾਰ ਉਹਨੇ ਟਰਾਈ ਕੀਆ, ਬੀਪੀ ਸ਼ੂਟ ਅਪ ਹੋਣ ਦੀ ਵਜ੍ਹਾ ਸੇ ਟੈਸਟ ਨਹੀਂ ਹੋ ਪਾਇਆ ਕਿਉਂਕਿ ਉਹ ਰੀਡਿੰਗ ਉਸਮੇ ਗਲਤ ਹੋ ਜਾਤੀ। ਬਾਕੀ ਕੱਲ੍ਹ 2 ਵਜੇ ਕੇ ਲਿਏ ਬੁਲਾਇਆ ਹੈ, ਕੱਲ੍ਹ ਦੁਪਹਿਰ 2 ਵਜੇ ਦੁਬਾਰਾ ਬਲੱਡ ਪ੍ਰੈਸ਼ਰ ਵੀ ਚੈੱਕ ਹੋਗਾ, ਸਭ ਚੀਜ਼ ਚੈੱਕ ਹੋਏਗੀ। ਔਰ ਉਹਨਾਂ ਨੂੰ ਬੋਲਿਆ ਰਿਲੈਕਸ ਕਰੀਏ, ਅੱਜ ਸਟ੍ਰੈਸ ਮਤ ਲੀਜੇ, ਘਰ ਪਰ ਜਾ ਕੇ ਆਰਾਮ ਕਰੀਏ ਕਿਉਂਕਿ ਪ੍ਰੈਸ਼ਰ ਬਹੁਤ ਹੈ ਇਨ ਸਭ ਚੀਜ਼ੋਂ ਕਾ, ਇਸ ਲਈ ਉਹਨਾਂ ਨੇ ਬੋਲਿਆ ਅੱਜ ਰਿਲੈਕਸ ਕਰੀਏ, ਕੱਲ੍ਹ 2 ਵਜੇ ਆਈਏ ਟੈਂਸ਼ਨ ਫਰੀ, ਉਸਕੇ ਬਾਅਦ ਕਰੇਂਗੇ। ਆਪ ਤਿਆਰ ਹੈ ਪੂਰੀ ਤਰ੍ਹਾਂ ਸੇ? ਹਮ ਪੂਰੀ ਤਰ੍ਹਾਂ ਸੇ, ਪੂਰੀ ਤਰ੍ਹਾਂ ਸੇ ਤਿਆਰ ਹੀ ਹੈ। ਕੋਈ ਥ੍ਰੈਟ ਵਗੈਰਾ ਕਿਸੇ ਤਰੀਕੇ ਕਾ? ਕੋਈ ਥ੍ਰੈਟ ਤੋ ਰੋਜ਼ ਹੀ ਇਤਨੇ ਹਰ ਤੀਸਰੇ ਚੌਥੇ ਦਿਨ ਥ੍ਰੈਟ ਵ੍ਰੈਟ ਆਤੀ ਰਹਤੀ ਹੈ। ਜਿਤਨਾ ਜ਼ਿਆਦਾ ਪੋਲੀਗ੍ਰਾਫ ਕਾ ਟਾਈਮ ਆ ਰਹਾ ਹੈ ਪਾਸ ਮੇ, ਉਤਨੀ ਜ਼ਿਆਦਾ ਧਮਕੀਆਂ ਆ ਰਹੀ ਹੈ, ਉਤਨਾ ਹੀ ਜ਼ਿਆਦਾ ਫੋਨ ਆਤੇ ਹੈ, ਉਤਨਾ ਹੀ ਜ਼ਿਆਦਾ ਕਈ ਲੋਕ ਕੇ ਫੋਨ ਆਤੇ ਹੈ, ਪੋਲੀਟੀਸ਼ੀਅਨਸ ਕੇ ਵੀ ਫੋਨ ਆਤੇ ਹੈ ਕਿ ਕਿਉਂ ਕਰ ਰਹੇ ਹੋ, ਐਸੇ ਮਤ ਕਰੋ, ਪੀਛੇ ਹਟ ਜਾਓ। ਨਾਮ ਮੈਂ ਨਹੀਂ ਬੋਲ ਸਕਤਾ ਲੇਕਿਨ ਐਸੇ ਕਈ ਲੋਕ ਹੈ ਜਿਨਕੋ ਮੈਂ ਪੁਲਿਸ ਕੋ ਬਤਾ ਚੁਕਾ ਹੂੰ ਲੋਕੋਂ ਕੇ ਨਾਮ ਮੈਂ, ਇਹ ਬੋਲਣਾ ਠੀਕ ਨਹੀਂ ਹੋਗਾ ਲੇਕਿਨ ਪ੍ਰੈਸ਼ਰ ਬਹੁਤ ਜ਼ਿਆਦਾ ਹੈ।